ਤੁਹੋ ਕੀ ਹਾਲ ਚਾਲ ਨੇ ਜਨਾਬ ਤੁਸੀਂ ਵੇਖਦੇ ਪਿਓ ਆਪਣਾ ਦੇਸ਼ ਪੰਜਾਬ ਟੀਵੀ ਤੇ ਮੈਂ ਤੁਹਾਡਾ ਮੇਜ਼ਬਾਨ ਮੁਹੰਮਦ ਨਦੀਮ ਖਰਲ ਸਭ ਤੋਂ ਪਹਿਲੇ ਆਪਣੇ ਚੈਨਲ ਨੂੰ ਕਰਨਾ ਸਬਸਕ੍ਰਾਈਬ ਤੇ ਬੈਲ ਆਈਕਨ ਤੇ ਕਲਿੱਕ ਕਰਨਾ ਇੱਕ ਅੱਛੀ ਤੇ ਬਿਹਤਰੀਨ ਵੀਡੀਓ ਦਾ ਨੋਟੀਫਿਕੇਸ਼ਨ ਹਮੇਸ਼ਾ ਇਸ ਤਰ੍ਹਾਂ ਵੀਰਾਂ ਨੂੰ ਮਿਲਦਾ ਰਹੇ ਤੇ ਵੀਰ ਵੇਖਦੇ ਰਹਿਣ ਅੱਜ ਦੀ ਵੀਡੀਓ ਬੜੀ ਲਾਜਵਾਬ ਹੋਣਣੀ ਹੈ ਅੱਲਾ ਦੇ ਫਜ਼ਲ ਨਾਲ ਜਨਾਬ بھائی ਤੁਹਾਡੇ ਵਾਸਤੇ ਖਾਸ ਨੀਲੀ ਦਾ ਇੱਕ ਤੋਹਫਾ ਇੱਕ ਨਾ ਜਨਾਬ ਸਹੀਵਾਲ ਦੇ ਵਿੱਚ ਕراس ਗਾਂ ਲੈ ਕੇ ਤੁਹਾਡਾ ਵੀਰ ਨਦੀਮ ਖਰਲ ਹਾਜ਼ਰ ਹੋਇਆ ਜਿਹਦੇ ਵਿੱਚ ਕੋਈ ਦੋ ਰਾਏ ਨਹੀਂ ਬਾਕੀ ਲੈਣੇ ਦੇਣੇ ਹਮੇਸ਼ਾ ਦੀ ਤਰ੍ਹਾਂ ਮੁਕੱਦਰ ਹ ਆਪਣਾ ਦੇਸ਼ ਪੰਜਾਬ ਟੀਵੀ ਨੇ ਹਮੇਸ਼ਾ ਮਿਹਨਤਾਂ ਕੀਤੀਆਂ ਨੇ ਔਰ ਮਿਹਨਤ ਕਰਕੇ ਜਨਾਬ ਜਾਨਵਰ ਲੈ ਆਈਦੇ ਨੇ ਗੱਲਾਂ ਨਾਲ ਨਹੀਂ ਗਪੌੜਾ ਨਾਲ ਨਹੀਂ ਮਿਹਨਤ ਕਰੀਏ ਤੇ ਸਵਾਦ ਵੀ ਆਂਦਾ ਹੈ ਮਜ਼ੇ ਵੀ ਆਂਦੇ ਨੇ ਇਹ ਜਨਾਬ ਸਾਈਵਾਲ ਦੇ ਵਿੱਚ ਕ੍ਰਾਸ ਗਾਹ ਹੈ ਪਹਿਲੇ ਨੰਬਰ ਤੇ ਸੈਕੰਡ ਇਲੈਕਟ੍ਰੀਸ਼ੀਅਨ ਹੈ ਅੰਗਰੇਜ਼ਾਂ ਵਾਸਤੇ ਸੈਕੰਡ ਇਲੈਕਟ੍ਰੀਸ਼ੀਅਨ ਤੇ ਪੰਜਾਬੀਆਂ ਭਰਾਵਾਂ ਵਾਸਤੇ ਦੂਸਰਾ ਸੁਆ ਤੇ ਜਨਾਬ ਦੂਜਾ ਸੁਆ ਇਹ ਸੂਈ ਹੈ ਪਿੱਛੇ ਜਨਾਬ ਹੈਗੀ ਜੀ ਇਹਦੇ ਬੱਚੀ ਸੈਕਸੀ ਬੰਦੀ ਔਰ ਜਨਾਬ ਅਬਲਕੇ ਰੰਗ ਬੜਾ ਖੂਬਸੂਰਤ ਹੈ ਬੱਚੀ ਦਾ ਔਰ ਗਾਂ ਦੇ ਕਦ ਕਾਠ ਤੁਸੀਂ ਆਹ ਵੇਖਣੇ ਨੇ ਥੱਬੇ ਲਈ ਫਿਰਦੀ ਇਹ ਗਾਂ ਲੈਣੇ ਦੇ ਨੇ ਮੁਕੱਦਰ ਨੇ ਆਪਣਾ ਦੇਸ਼ ਪੰਜਾਬ ਟੀਵੀ ਨੇ ਹਮੇਸ਼ਾ ਮਿਹਨਤਾਂ ਕੀਤੀਆਂ ਨੇ ਔਰ ਤੁਹਾਡੇ ਵਾਸਤੇ ਅ ਅਲਹਮਦੁਲਿਲਾ ਅਲਹਮਦੁਲਿਲਾ ਅੱਲਾ ਦੇ ਫਜ਼ਲ ਨਾਲ ਜਨਾਬ ਇੱਕ ਬ੍ਰਾਂਡ ਹੀ ਇੱਕ ਤੋਂ ਇੱਕ ਵੱਦ ਕੱਢ ਕੇ ਲਿਆਇਦਾ ਹੈ ਇਹ ਗਾਂ ਦੀ ਲੁੱਕ ਹੈ ਤੁਹਾਡੇ ਸਾਹਮਣੇ ਜੀ ਹਾਈਟ ਤਕਰੀਬਨ 10 ਫੁੱਟ ਲੰਮੀ ਔਰ ਉਨੀ ਦੇ ਤਕਰੀਬਨ ਇਹ ਚੌੜੀ ਇਹ ਗਾਂ ਜਨਾਬ ਫਰੀਜ਼ਨ ਸਹੀਵਾਲ ਦਾ ਕਰਾਸ ਏ ਮਾਸ਼ਾਅੱਲਾ ਜੇਰ ਜੂਰੇ ਜੇ ਕੋਈ ਨਹੀਂ ਪਾਈ ਸੋਹਣਾ ਥਣ ਲੱਗਿਆ ਹੋਇਆ ਹੈ ਗਾਂ ਨੂੰ ਮਾਸ਼ਾਅੱਲਾ ਰੁਗ ਰੁਗਦਾ ਅੱਲਾ ਦੇ ਫਜ਼ਲ ਨਾਲ ਉਹ ਜਨਾਬ ਇਹਦੇ ਨਾਲ ਇੱਕ ਮੱਝ ਵੀ ਹੈ ਸਾਡੇ ਕੋਲ ਖਾਸ ਨੀਲੀ ਦੀ ਥੋੜੀ ਸਿੰਘੋ ਸਾਦੀ ਏ ਬਾਕੀ ਮੈਂ ਦੀ 20 ਸਿਰਾਂ ਦੀ ਗਾਰੰਟੀਆਂ ਨੇ ਕੋਈ ਬੇਲੀ ਆਖੇ ਕਿ ਯਾ ਨਦੀਮ ਖਰਲ ਅਸੀਂ ਜਨਾਬ ਮੈਂ ਲੈ ਲੈਨੇ ਆਂਦਾ 50000 ਰੁਪਏ ਨਾ ਕਰਨੇ ਮੈਂ ਸੁਈ ਲੈ ਜਾਣੀ ਏ ਸੁਈ ਲੈ ਜਾਵੇ ਕੋਈ ਇਤਰਾਜ਼ ਨਹੀਂ ਇਹ ਜੀ ਗਾਂ ਮਾਸ਼ਾਅੱਲਾ ਥੱਬਿਆਂ ਦੇ ਹਾਨੇ पर गल्ला नाल ਨਹੀਂ ਬਰੀਕ ਪੁਰੀਏ ਗਾਂ ਪਿੱਛੇ ਸੈਕਸ ਸਿੰਮਨ ਦੀ ਬੱਚੀ ਰੁਪਈਆ 4 ਲੱਖ ਕਿ 5 ਲੱਖ ਕਿ 7 ਲੱਖ ਕਿ 2.5 ਲੱਖ ਇਹ ਜਨਾਬ ਮਾਲਕ ਨੂੰ ਪੁੱਛਾਂਗੇ ਕਿ 2 ਲੱਖ ਮੰਗਦਾ ਹੀ 5 ਮੰਗਦਾ ਹੀ 2 ਮੰਗਦਾ ਹੀ 1.5 ਮੰਗਦਾ ਹੀ ਇਹ ਮਾਲਕ ਨੇ ਦੱਸਣੀਆਂ ਨੇ ਸਾਰੀ ਗੱਲਾਂ ਆਪਾਂ ਸਿਰਫ ਕਰਨੀਆਂ ਨੇ ਮਿਹਨਤਾਂ ਔਰ ਤੁਹਾਡੇ ਵਾਸਤੇ ਪੂਰੀਆਂ ਕੋਸ਼ਿਸ਼ਾਂ ਇਹ ਜਨਾਬ ਤਸੱਲੀ ਕਰਾਤੀ ਪਿੱਛੇ ਜਨਾਬ ਬੱਚੀ ਹੈ ਸੈਕਸੀ ਬੰਦੀ ਆਪਾਂ ਮਾਲਕ ਨੂੰ ਪੁੱਛਨੇ ਆ ਕੀ ਮੰਗਦਾ ਹੈ ਕੀ ਮੰਗਵਾਉਂਦਾ ਹੈ ਕੀ ਕਰਦਾ ਹੈ ਕੀ ਕਰਾਉਂਦਾ ਹੈ ਬਾਕੀ ਜਨਾਬ ਮੈਂ ਨੰਬਰ ਜਾਨਵਰ ਨੰਬਰ 2 ਹੈ ਜਿਹੜੀ ਮੈਂ ਹੈ ਜਨਾਬ ਇਹ ਜਨਾਬ ਮੱਝੇ ਸੂਆ ਮੈਂ ਨੂੰ ਤੀਸਰਾ ਹੈ ਔਰ ਜਨਾਬ ਮੈਨੂੰ ਰੁਗ ਰੁਗ ਦਾ ਥਣ ਲੱਗਿਆ ਹੋਇਆ ਹੈ ਮੈਨੂੰ ਕੋਹਾੜੇ ਵਰਗੀ ਹੱਡੀ ਇੱਕ ਔਰ ਜਨਾਬ ਵੱਖੀ ਸਿਰਫ ਔਰ ਸਿਰਫ ਚਾਰ ਉਂਗਲ ਦੀ ਜਿੰਨੂੰ ਆਪਾਂ ਮੋਕ ਦੀ ਵੱਖੀ ਵੀ ਲੋਗ ਆਂਦੇ ਨੇ ਔਰ ਜਨਾਬ ਸਿੰਘੋ ਥੋੜੀ ਜੀ ਸਾਦੀ ਮੈਨੂੰ ਜਾਤਾਂ ਬੜੀਆਂ ਨਸਲਾਂ ਬੜੀਆਂ ਮੈਂ ਮਾਸ਼ਾਅੱਲਾ ਅੱਲਾ ਦੇ ਫਜ਼ਲ ਨਾਲ ਥੱਬਿਆਂ ਦੇ ਹਵਾਨੇ ਨੇ ਫੰਦੇ ਅੱਗੂ ਜਾ ਕੇ ਥੱਲ ਜਾਤਾਂ ਬੜੀਆਂ ਨਸਲਾਂ ਬੜੀਆਂ ਰੁਗ ਰੁਗ ਦਾ ਥਣ ਥੱਬਿਆਂ ਦੇ ਹਵਾਨੇ ਨੇ ਇਹ ਜਨਾਬ ਮੱਝ ਦੇ ਕੋਲ ਗੱਲਾਂ ਨਾਲ ਨਹੀਂ ਕੰਮ ਕਰਕੇ ਵਿਖਾਣੇ ਨੇ ਖੁੱਡਾ 3 ਫੁੱਟ ਦਾ ਹੱਡੀ ਇੱਕ ਚੌੜੀ ਮਗਰੋਂ 2.5 ਤੋਂ 3 ਫੁੱਟ ਮੈਂ ਨਸਲਜ਼ਾਦ ਮੈਂ ਤੁਹਾਡੇ ਸਾਹਮਣੇ ਗੱਲਾਂ ਨਾਲ ਨਹੀਂ ਕੰਮ ਕਰਕੇ ਵਿਖਾਣੇ ਨੇ ਉਹ ਇਨਸ਼ਾਅੱਲਾ ਨੀਲੀ ਵਿਖਾਣੀ ਹੈ ਨੀਲੀ ਤੁਹਾਡ ਕੇ ਕੁਛ ਨਹੀਂ ਵਿਖਾਣਾ ਆਪਣਾ ਦੇਸ਼ ਪੰਜਾਬ ਟੀਵੀ ਪੂਰੀ ਮਿਹਨਤ ਕਰਦਾ ਹੈ ਇਹ ਨਿਸ਼ਾਨ ਲੱਗੇ ਨੇ ਪੱਕੇ ਖਾਸ ਨੀਲੀ ਦੀ ਖਾਸ ਲੁੱਡਣ ਦੀ ਜਨਾਬ ਮੱਝ ਅੱਲਾ ਦੇ ਫਜ਼ਲ ਨਾਲ ਨੀਲੀ ਬੀਟ ਦੀ ਮੈਂ ਸਾਡੀ ਕੱਚੀ ਬਣੀ ਸਾਰੀ ਬਰੀ ਕਿੰਨੀ ਜਿਵੇਂ ਟਿਸ਼ੂ ਪੇਪਰ ਨਚੋੜ ਲੀਦਾ ਐ ਐਵੇਂ ਰੋਗ ਰੋਗ ਦਾ ਥਣ ਔਰ ਥੱਬਿਆਂ ਦੇ ਬਾਨੇ ਇਹ ਜਨਾਬ ਮੈਂ ਦੀ ਜਾਤ ਨਸ ਤੁਹਾਡੇ ਸਾਹਮਣੇ ਲੈਣੇ ਦੇਣੇ ਹਮੇਸ਼ਾ ਹੀ ਦਾ ਰਕਦਰ ਅੱਜ ਇਹ ਦੋ ਪੀਸ ਅਨਮੋਲ ਨੇ ਇਨਸ਼ਾਅੱਲਾ ਜਿਨ੍ਹਾਂ ਵਿੱਚ ਕੋਈ ਦੋ ਰਾਏ ਨਹੀਂ ਬਾਕੀ ਲੈਣੇ ਦੇਣੇ ਮੁਕਦਰ ਨੇ ਕੋਸ਼ਾਂ ਕਵਸ਼ਾਂ ਤੇ ਮਿੰਤਾ ਪੂਰੀਆਂ ਆਓ ਜੀ ਨਵੀਦ ਭਾਈ ਤੁਸੀਂ ਆਓ ਮੇਰੇ ਕੋਲ ਆਪਾਂ ਕਰਨੀਆਂ ਨੇ ਗੱਲਾਂ ਗਾਂ ਦੇ ਨਾਲ ਨਾਲ ਤੇ ਮੈਂ ਦੇ ਨਾਲ ਨਾਲ ਤੂੰ ਦਸਣੀਆਂ ਨੇ ਤੇ ਜ਼ਰਾ ਪਿਆਰ ਨਾਲ ਅਰੇ ਕੋਲ ਹੋ ਏ ਇੱਥੇ ਵੀ ਨਾ ਇੰ ਇੰ ਕਰਕੇ ਇੱਥੇ ਸਲਾਮ ਅਲੈਕੁਮ ਭਾਈ ਵਾਅਲੈਕੁਮ ਸਲਾਮ ਨਾਮ ਪੁਰਾ ਜੀ ਮੁਹੰਮਦ ਨਵੀਦ ਮੁਹੰਮਦ ਨਵੀਦ ਭਾਈ ਨਵੀਦ ਕੀ ਹਾਲ ਆ ਸ਼ੁਕਰ ਅੱਲਾ ਪਾਗ ਠੀਕ ਆਗਾ ਤਗੜਾ ਸਾਰੀ ਖੈਰ ਮੇਰੀ ਬਾਈ ਨਵੀਦ ਗਾਉਂ ਖਾਈ ਤੇਰੀ ਸਾਈਵਾਲ ਕ੍ਰਾਸ ਚ ਜੀ ਮੈਨੂੰ ਤਾਂ ਪਤਾ ਤੇ ਮੈਂ ਦੱਸ ਵੀ ਦਿੱਤੀ ਤੈਨੂੰ ਵੀ ਪਤਾ ਹੈ ਅੱਲਾ ਦੇ ਹੁਕਮ ਨਾਲ ਜੀ ਕਿੱਥੇ ਕ੍ਰਾਸ ਹੈ ਸਾਈਵਾਲ ਚ ਸਾਈਵਾਲ ਚ ਕ੍ਰਾਸ ਹੈ ਅੱਛਾ ਕਿੰਵਾਂ ਸੂਆ ਸੂਈ ਦੂਜਾ ਪਾ ਜੀ ਪਿੱਛੇ ਕੀ ਤੂੰ ਵੱਚੀ

ਕੀ ਵੀ 5 ਲੀਟਰ ਅੱਲਾ ਦੇ ਕੋਲ ਪਹਿਲੇ ਸਵੇਰ 18 ਸਰਕਾਰ ਦੀ ਕੀ ਮੁਹੱਬਤ ਪਿਆਰ ਵਾਲਾ ਮੋਲੇ ਦਾ ਮੋਲੇ ਦਾ ਭਾਜ ਜਿੰਨਾ ਮਰਜ਼ੀ ਕਰਾ ਲਓ 4 ਲੱਖ ਦੀ ਗਾਂ ਦੇ ਦਿਆਂਦੇ 4 ਲੱਖ ਦੀ ਕੋਈ ਇਹਦੇ ਵਿੱਚ 19 ਇੱਕ ਹੀ ਕੋਈ ਪਿਆਰ ਮੁਹੱਬਤ ਕੋਈ ਮਾੜਾ ਮੋਟਾ ਕਰ ਲਾਵੇਗਾ ਹਾਂਜੀ ਪਿਆਰ ਮੁਹੱਬਤ ਕਰੋਗੇ ਹਾਂਜੀ ਭਾ ਇਹਨ 20 ਜੇਕਰ ਕੋਈ ਬੰਦਾ ਕਹਿੰਦਾ ਕਿ ਜਨਾਬ ਨਦੀਮ ਭਾਈ ਇਹਦਾ 50 60 ਹਜ਼ਾਰ ਬਿਆਨਾ ਕਰ ਲੈਨੇ ਹੈ ਗਾਂ ਮੁੱਕ ਜਾਂਦੀ ਹੈ ਤੇ ਕਿੰਨੇ ਦਿਨਾਂ ਬਾਅਦ ਆਪਾਂ ਇਹਦਾ 20 ਕਿਲੋ ਦੋ ਚਵਾ ਦਿਆਂਗੇ 7 8 ਦਿਨਾਂ ਬਾਅਦ ਪੱਕੀ ਗੱਲ ਹੈ ਉਹ ਤਰੀਕ ਹੈਗੀ 26 ਹਾਂਜੀ 26 ਤਰੀਕ 11ਵਾਂ ਮਹੀਨਾ ਦੋ ਤਰੀਕ ਨੂੰ 2 3 3 1 ਨੂੰ ਚਵਾ ਦੇਗਾ ਵੀ ਤੇ ਹਾਂ ਜੀ ਗੱਲਾਂ ਨਾਲ ਨਹੀਂ 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 ਚਵਾ ਤੇ ਪਾਂਡੇ ਆਹਾਂ ਜੀ ਡੱਬੇ ਨਾਲ ਡੱਬੇ ਨਾਲ ਡੱਬਾ ਹਾਂ ਜੀ ਗੱਡੀ ਵੀ ਨਾਲ ਗੱਡਵੀ ਹਾਂ ਜੀ 4 ਲੱਖ ਰੁਪਏ ਜਿਹਾ ਲਾੜ ਪਿਆਰ ਕੋਈ ਮਾੜਾ ਮੋਠਾ ਕਰ ਲਾ ਹੋ ਜਾਏਗਾ ਜਿਹੜੀ ਐ ਮੈਂ ਵਿਖਾਈ ਤੇਰੀ ਇਹ ਕਿੰਵੇਂ ਸੂਏ ਮੈਂ ਬਾਜੀ ਇਹਨੇ ਨਤੀਜਾ ਸਵੇਰ ਹੁਣ ਸੋਣਾ ਹੈ ਨਤੀਜਾ ਹੁਣ ਸੋਣਾ ਹੈ ਜੀ ਥਣ ਦੀ ਪਿੱਛੇ ਦੀ ਵਾਧੇ ਗਾਟੇ ਕਣ ਮੋੜ ਜੀ ਮੈਂ ਨਾਲ ਅੱਲਾ ਦੇ ਹੁਕਮ ਨਾਲ ਤਸੱਲੀ ਹੋਵੇ ਦੀ ਤਸੱਲੀ ਹੋਵੇਗੀ ਹਾਂ ਜੀ ਬਾਕੀ ਕੋਈ ਮਸਲਾ ਕੋਈ ਟੈਨਸ਼ਨ ਹੋਵੇ ਸਾਡੀ ਭਾਜੀ ਹਾਂਜੀ ਮੋਲੇ ਦਾ ਭਾਜੀ ਜਿੰਨਾ ਮਰਜ਼ੀ ਕਰਾ ਲੋ ਪੰਜ ਵੀ ਕਰਨਾ ਸਾਢੇ 4 ਵੀ 390000 ਦੀ ਮੈਂ ਦੇ ਦਿਆਂਗਾ ਹਾਂਜੀ 390000 ਦੀ ਮੈਂ ਦੇਗਾ ਮੈਂ ਇਹ ਪਿਛਲੇ ਕੋ ਗਾਰੰਟੀਆਂ ਜਿੱਥੇ ਮਾਲਕਾਂ ਤੋਂ ਲੈਂਦੀ ਹੈ ਕੀ ਗੱਲ ਬਾਤ 20 22 ਸਿਰ ਮੈਂ ਕਰਦੀ ਮਾਸ਼ਾਅੱਲਾ ਅੱਲਾ ਦੇ ਹੁਕਮ ਨਾਲ ਇਨਸ਼ਾਅੱਲਾ ਅੱਲਾ ਦੇ ਹੁਕਮ ਨਾਲ ਅੱਲਾ ਦੇ ਫਜ਼ਲ ਨਾਲ ਹਾਂਜੀ ਮਾਸ਼ਾਅੱਲਾ ਇਹਨੂੰ ਕਰਨਾ ਵੀ ਚਾਹੀਦਾ ਹੈ ਇਹ ਜਨਾਬ ਮਾਲਕ ਕਹਿੰਦਾ ਜੀ 390000 ਰੁਪਏ ਮੱਝ ਦਾ ਮੁੱਲ ਔਰ ਜਨਾਬ 20 ਸਿਰ ਦੀਆਂ ਗਾਰੰਟੀਆਂ ਨੇ ਔਰ ਜਨਾਬ ਅੱਲਾ ਦੇ ਫਜ਼ਲ ਨਾਲ ਇਹ ਮੈਂ ਮਾਸ਼ਾਅੱਲਾ ਵੇਖ ਜੀ ਸਾਰਾ ਕੁਝ ਤੁਹਾਡੇ ਸਾਹਮਣੇ ਅੱਲਾ ਦੇ ਫਜ਼ਲ ਨਾਲ ਬ੍ਰਾਂਡ ਅੱਲਾ ਦੇ ਫਜ਼ਲ ਨਾਲ ਇਨਸ਼ਾਅੱਲਾ ਔਰ ਜਨਾਬ ਮੁਹੱਬਤਾਂ ਦੇ ਨਾਲ ਆਪਣਾ ਦੇਸ਼ ਪੰਜਾਬ ਟੀਵੀ ਤੇ ਵਿਖਾਈ ਜਾਂਦੇ ਨੇ ਅਗਰ ਵੀਡੀਓ ਅੱਛੀ ਲੱਗੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਾ ਜੇ ਆਪਣੀ ਰਾਏ ਜ਼ਰੂਰ ਦਿਆ ਜੇ ਪਾਕਿਸਤਾਨ ਜ਼ਿੰਦਾਬਾਦ ਪਾਕ आर्मी ਜ਼ਿੰਦਾਬਾਦ